ਅਸਲਾਮ ਵਾਲੇਕੁਮ ਸ਼ਹਿਜ਼ਾਦ ਡੋਗਰ ਡੋਗਰ ਮੋਟਰ ਤੋਂ। ਅੱਜ ਸਾਡੇ ਬੜੇ ਪਿਆਰੇ ਭਾਈ ਨੇ, ਮੇਰੇ ਫਾਲੋਅਰ ਨੇ ਜੀ, ਸਾਡੇ ਕੋਲ ਗੱਡੀ ਖਰੀਦਣ ਆਏ ਸਨ। ਔਰ ਇਹ ਉਹ ਗੱਡੀ ਹੈ ਜਿਹਦੀ ਮੈਂ ਵੀਡੀਓ ਲਾਈ ਸੀ ਕਿ ਸ਼ਹਿਜ਼ਾਦ ਸਾਹਿਬ ਵੀ ਫੈਸਲਾਬਾਦ ਤੋਂ ਆਏ ਸਨ। ਕੈਸੀ ਗੱਲ ਹੈ, ਵੇਚਣ ਵਾਲਾ ਵੀ ਫੈਸਲਾਬਾਦ ਤੋਂ ਆਇਆ ਅਤੇ ਲੈਣ ਵਾਲਾ ਵੀ ਫੈਸਲਾਬਾਦ ਤੋਂ ਆਇਆ। ਅਤੇ ਰੀਜ਼ਨ ਇਹਦੇ 'ਚ ਮੇਰਾ ਲਿਖਿਆ ਸੀ ਨਾ, ਮੇਰੇ ਨਾਂ ਦਾ, ਕਿਉਂਕਿ ਮੈਨੂੰ ਲੱਭਣਾ ਸੀ। ਔਰ ਮਾਸ਼ਾਅੱਲਾ ਭਰਾਵਾਂ ਨੂੰ ਗੱਡੀ ਲੈ ਕੇ ਦਿੱਤੀ ਹੈ। ਔਰ ਚੰਗੀ ਗੱਡੀ ਮੈਂ ਸਾਰੀ ਗੱਲ ਥੋੜ੍ਹੀ ਜਿਹੀ ਲੱਭਦੀ ਤਾਂ ਫਿਰ ਮਹਿੰਗੀ ਹੈ, ਲੇਕਿਨ ਚੀਜ਼ ਚੰਗੀ ਦਾ ਇੱਕ ਆਪਣਾ ਵਾਅਦਾ ਹੁੰਦਾ ਵੀ ਜਦੋਂ ਦਿਲ ਕਰੇ ਉਹ ਵੇਚ ਲਓ। ਗੱਡੀ ਫਿਰ ਵੀ ਅਸੀਂ ਇਹਨਾਂ ਨੂੰ ਬੜੀ ਅੱਛੇ ਰੇਟ 'ਤੇ ਲੈ ਕੇ ਦਿੱਤੀ ਹੈ। 2019 ਮਾਡਲ ਹੈ ਅਤੇ ਇਹਦੇ ਵਾਸਤੇ ਰਹਿਣ ਤਾਂ ਖੁਸ਼ ਰਹਿਣ ਤੋਂ ਬਾਅਦ ਉਹਨਾਂ ਤੋਂ ਬਾਰਿਸ਼ ਹੋਣ ਲੱਗ ਪਈ ਹੈ। ਅਤੇ ਬਾਕੀ ਜਨਾਬ ਇਹ ਦੱਸੋ ਕਿ ਕੋਈ ਤੁਹਾਨੂੰ ਡੋਗਰ ਮੁੱਟ ਕੇ ਆ ਕੇ ਮਜ਼ਾ ਆਇਆ ਹੈ ਕਿ ਨਹੀਂ ਆਇਆ, ਦੱਸੋ ਸਹੀ ਦਿਲ ਦੀ ਗੱਲ ਦੱਸਣੀ। ਔਰ ਜਿਸ ਤਰ੍ਹਾਂ ਦੀ ਤੁਸੀਂ ਆਕਸ਼ਨ ਕਰਦੇ ਹੋ ਪੂਰੇ ਪਾਕਿਸਤਾਨ 'ਚ, ਇਸ ਤਰ੍ਹਾਂ ਕੋਈ ਬੰਦਾ ਨਹੀਂ ਕਰਦਾ। ਕਦੀ ਵੇਖਿਆ ਸੀ? ਨਹੀਂ ਦੇਖਿਆ ਵੀ ਨਹੀਂ। ਔਰ 15,000 ਜਾਂ 13,000 ਰੁਪਏ ਦੀ ਕਮਿਸ਼ਨ ਦੀ ਬਾਤ ਨਹੀਂ ਹੈ, ਫਾਇਦਾ ਬਹੁਤ ਜ਼ਿਆਦਾ ਹੈ। ਨਾਲੇ ਦੱਸੋ ਨਾ ਫਿਕਸ ਕਮਿਸ਼ਨ। ਹਾਂਜੀ, ਕਮਿਸ਼ਨ ਵੀ ਫਿਕਸ ਹੈ, 2 ਨੰਬਰ ਹੀ। 12 ਤੁਸੀਂ ਕਿੰਨਾ ਦਿੱਤਾ ਜੀ? 12,000 ਤੁਸੀਂ ਕਿੰਨਾ ਦਿੱਤਾ? 13,000 12 ਇਹਨਾਂ ਦਿੱਤਾ ਹੈ ਅਤੇ 13 ਇਹਨਾਂ ਦਿੱਤਾ। 25,000 ਰੁਪਏ ਸਾਡੀ ਟੋਟਲ ਕਮਿਸ਼ਨ ਹੈ। ਔਰ ਇਸ ਤੋਂ ਇਲਾਵਾ ਸਾਡੇ ਵਾਸਤੇ 1 ਰੁਪਇਆ ਵੀ ਹਰਾਮ ਹੈ ਜਿਹੜਾ ਅਸੀਂ ਲੈਂਦੇ ਹੋਈ ਨਾ ਲੈਣਾ ਅਤੇ ਨਾ ਲੈਂਦੇ ਹਾਂ। ਜਿਹੜਾ ਹੱਕ ਲਾਲ ਦੀ 10 ਕੇ ਲੈਂਦੇ ਹਾਂ ਜਿਹੜੀ ਲੈਂਦੇ ਹਾਂ। ਔਰ ਇਹੀ ਸਾਡੀ ਕਾਮਯਾਬੀ ਹੈ। ਇਸੇ ਵਜ੍ਹਾ ਤੋਂ ਸਾਡੇ ਕੋਲ ਇੰਨਾ ਰਸ਼ ਹੈ ਕਿ ਇਸੇ ਵਜ੍ਹਾ ਤੋਂ ਸਾਡੇ ਸੌਦੇ ਜ਼ਿਆਦਾ ਹੁੰਦੇ ਨੇ। ਇਹੀ ਗੱਡੀ ਜਿਹੜੀ ਅਸੀਂ ਇਹਨਾਂ ਨੂੰ ਵੇਚੀ ਹੈ 34,60,000 ਰੁਪਏ ਦੀ। ਅਗਰ ਸਾਡਾ ਹੀ ਵਿੱਚ 1 ਲੱਖ ਰੁਪਇਆ ਹੁੰਦਾ ਤਾਂ 34,60 ਦੀ ਕਿਹਨੇ ਦੇਣੀ ਸੀ? ਫਿਰ 35,60 ਦੀ ਵਿਕਣੀ ਸੀ। ਗੱਲ ਇਹ ਸੌਦੇ ਤਾਂ ਹੁੰਦੇ ਨੇ ਸਾਡੇ ਕੋਲ, ਜਿਹੜਾ ਲੋਕ ਕਹਿੰਦੇ ਨਾ ਸੌਦੇ ਇੰਨੇ ਡੋਗਰ ਇਸ ਤੋਂ ਕਰਦਾ ਕਿ ਇੱਥੇ ਰੇਟ ਸਸਤੇ ਨੇ ਔਰ ਕਮਿਸ਼ਨ ਥੋੜ੍ਹੀ ਹੈ। ਆਪਣਾ ਵਿਖਾਓ ਮਾਸ਼ਾਅੱਲਾ, ਸਾਰੀਆਂ ਲੈਣ ਲੱਗੀ, ਪੂਰੀ ਪੂਰੀ ਦਿਹਾੜੀ ਲੱਗ ਜਾਂਦੀ ਕਲੀਅਰ ਕਰਨ ਦੇ। ਤੇ ਸਾਨੂੰ ਅੱਲਾ ਦੇ ਹੁਕਮ ਦੇ ਨਾਲ ਇੱਥੇ ਇੰਨਾ ਮਾਸ਼ਾਅੱਲਾ ਐਕਸਪੀਰੀਅੰਸ ਹੋ ਗਿਆ ਹੈ ਤੇ ਇੰਨਾ ਸਿਸਟਮ ਸਿੱਧਾ ਸਾਡਾ ਹੋ ਗਿਆ ਮਾਸ਼ਾਅੱਲਾ ਕਿ 1.5 ਘੰਟੇ 5-5 ਮਿੰਟ ਸਾਡਾ ਅਮਲਾ ਇਸ ਤਰ੍ਹਾਂ ਦਾ। ਔਰ 1 ਨੰਬਰ ਤਰੀਕੇ ਨਾਲ ਕਰ ਲਿਆ। ਇਹਦੇ ਵਿੱਚ 2 ਗੱਡੀਆਂ ਚੋਰੀ ਦੀਆਂ ਫੜੀਆਂ ਨੇ ਸੀ ਅੱਜ, ਜਿਹੜੀ ਇਹਨਾਂ ਨੇ 1 ਲਈ ਸੀ। ਇਹ ਭਾਈ ਹੋਰਾਂ ਨੇ ਉਹ ਕਰੋਲਾ ਖੜੀ ਕਾਲੇ ਰੰਗ ਦੀ, ਜਿਹੜਾ ਲਈ ਸੀ ਉਹ ਗੱਡੀ ਚੋਰੀ ਕੀਤੀ ਹੈ। ਇੱਕ ਹੋਰ ਗੱਡੀ ਉਹਦੇ 'ਤੇ FIR ਨਿਕਲੀ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਅੱਛੇ, ਦੇਖੋ ਮੈਂ ਹੈਰਾਨ ਹਾਂ ਕਿ ਡੀਲਰਾਂ ਨੇ ਵੇਚੀਆਂ ਨੇ ਗੱਡੀਆਂ, ਉਹ 2019 ਤੋਂ ਬਾਅਦ ਕਿੰਨੀ ਵਾਰੀ ਗੱਡੀ ਵਿਕੀ ਹੈ? 2019 ਦਾ ਪਰਚਾ ਨਿਕਲਿਆ ਗੱਡੀ ਦਾ ਚੋਰੀ ਦਾ ਮੁਕੱਦਮਾ ਹੋਇਆ ਅਤੇ ਗੱਡੀ ਅੱਗੇ ਵੇਚਣੀ ਪਈ ਹੈ। ਇਹ ਕੋਈ 7-8 ਵਾਰੀ ਅੱਗੇ ਵੇਚ ਚੁੱਕੀ ਹੈ ਅਤੇ ਲੇਕਿਨ ਕਿਸੇ ਵੀ ਬੰਦੇ ਨੇ ਚੈੱਕ ਹੀ ਨਹੀਂ ਕਰਾਈ ਗੱਡੀ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਕੰਮ ਕਰਨੇ ਬੜੇ ਔਖੇ ਨੇ। ਮਾਲ ਇਕੱਠਾ ਕਰਦੇ ਜੇ ਤਾਂ ਉਹਨੂੰ ਤੋੜ ਅਗਲੇ ਤੋਂ ਵੀ ਹਲਾਲ ਕਰਿਆ ਕਰੋ ਔਰ ਜ਼ਿੰਮੇਵਾਰੀ ਆਪਣੀ ਪੂਰੀ ਨਿਭਾਇਆ ਕਰੋ। ਉਹ ਤੁਹਾਡੇ ਸਿਰ 'ਤੇ ਤਾਂ ਸਾਰੀ ਦੁਨੀਆ ਪੈਸੇ ਭਰਨ ਨਹੀਂ ਹੁੰਦੀ ਹੈ। ਉਹ ਦੇਖੋ ਇਹ ਮੇਰੇ ਭਾਈ ਨੇ, ਮੈਂ ਉਹ ਨਹੀਂ ਜਾਣਦਾ ਕੌਣ ਨੇ, ਲੇਕਿਨ ਇਹ ਮੇਰਾ ਹੁਣ ਇਹਨਾਂ ਸਾਰਾ ਲਿਖਣ ਬਣਿਆ, ਮੇਰੀ ਇਨਸ਼ਾ ਅੱਲਾ ਲਾਈਫ ਟਾਈਮ ਚੱਲੇਗਾ। ਔਰ ਮੇਰੀ ਜ਼ਿੰਮੇਦਾਰੀ ਬਣਦੀ ਹੈ ਕਿ ਮੈਂ ਹਰ ਚੀਜ਼ ਇਹਨਾਂ ਨੂੰ ਪੂਰੀ ਕਰਕੇ ਲੈ ਕੇ ਦਿਆਂ, ਇਹਨਾਂ ਦੇ ਨਾਮ ਕਰਾ ਕੇ ਦਿਆਂ, CIA ਕਰਕੇ ਦਿਆਂ, ਗੱਡੀ ਦੀ ਚੇਸੀ ਵਗੈਰਾ, ਬਿਸਕਟ ਵਗੈਰਾ ਹਰ ਚੀਜ਼। ਤੁਸੀਂ ਇਹ ਰੰਗ ਬੜੇ ਵੇਖਦੇ ਜੇ, ਟੱਚਿੰਗਾਂ ਬੜੀਆਂ ਵੇਖਦੇ ਜੇ, ਜਿਹੜੀ ਚੀਜ਼ ਵੇਖਣ ਵਾਲੀ ਉਹ ਤੁਸੀਂ ਕਦੀ ਵੇਖੀ ਨਹੀਂ। ਜੇ ਤੁਹਾਨੂੰ ਕੰਮ ਨਹੀਂ ਆਉਂਦਾ ਨਾ ਤਾਂ ਫਿਰ ਇਨਸਾਨ ਬਣੋ, ਬੰਦੇ ਦੇ ਪੁੱਤਰ ਬਣੋ ਅਤੇ ਆਪਣੇ ਘਰ ਬਵੋ ਚੁੱਪ ਕਰਕੇ। ਇਹ ਜਿਹੜਾ ਤੁਸੀਂ ਸ਼ੋਰੂਮ ਬਣਾ ਕੇ ਬਹਿ ਜਾਂਦੇ ਨਾ, ਇੱਕ ਮੂੰਹ ਇੱਕ ਬੰਦੇ ਦਾ ਮੂੰਹ
ਲਾਲ ਏ ਤੇ ਆਪਣਾ ਝਾਟਾ ਮਾਰ ਕੇ ਲਾਲ ਕਰ ਲੈਣਾ, ਇਹ ਕੋਈ ਭਾਈਆਂ ਵਾਲੀ ਗੱਲ ਨਹੀਂ, ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਕਿ ਬੰਦੇ ਬਣੋ, ਐਵੇਂ ਲੋਕਾਂ ਦਾ ਨੁਕਸਾਨ ਨਾ ਕਰੋ, ਇਹ ਵਧੀਆ ਐਡੇ ਐਡੇ ਵਧੀਆ ਸ਼ੋਅਰੂਮ ਤੁਸੀਂ ਬਣਾ ਲੈਂਦੇ ਜੇ ਅਤੇ ਕੰਮ ਨਹੀਂ ਤੁਹਾਨੂੰ ਇੱਕ ਆਨੇ ਦਾ ਆਉਂਦਾ, ਤੁਸੀਂ ਬਣਦੇ ਜੇ ਬੜੇ, ਅਸੀਂ ਗੱਲਾਂ ਨਾਲ ਕੰਮ ਨਹੀਂ ਹੁੰਦੇ, ਇਹ ਕੰਮ ਐਡਾ ਘਟੀਆ ਕੰਮ ਹੈ ਨਾ, ਇਹਦੇ ਜਿਹੜਾ ਘਟੀਆ ਕੰਮ ਕੋਈ ਨਹੀਂ ਹੈਗਾ, ਗੱਡੀਆਂ ਵੇਚਣਾ ਸਭ ਤੋਂ ਘਟੀਆ ਕੰਮ ਹੈ, ਗੱਡੀਆਂ ਵੇਚਣਾ, ਇਹ ਪ੍ਰਾਪਰਟੀ ਪ੍ਰੂਪਰਟੀ ਵੀ ਸੌਖੀ ਹੈ ਕਿ ਇੱਕ ਵਾਰੀ ਵੇਚ ਦਿੱਤੀ ਨਾ ਕਰਾਤੀ ਤਾਂ ਬਸ ਫਰਕ, ਇਹ ਨਾ ਵੀ ਹੋ ਜਾਂਦੀ ਹੈ ਵੇਚ ਵੀ ਦੇ ਦਈ ਸਾਰੀ ਉਮਰ ਵਾਸਤੇ ਬੰਦਾ ਜ਼ਿੰਮੇਵਾਰ ਬਣ ਜਾਂਦਾ, ਹੁਣ ਵੇਖੋ 2019 ਦਾ ਮੁਕੱਦਮਾ ਨਿਕਲਿਆ ਗੱਡੀ ਦੇ ਉੱਤੇ ਅਤੇ ਅੱਜ ਰੌਲਾ ਪਿਆ ਗਿਆ ਨਾ, ਅੱਜ ਮੈਂ ਚੈੱਕ ਕੀਤੀ ਇਹ ਰੌਲਾ ਪਿਆ, ਅੱਗੇ ਪਤਾ ਨਹੀਂ 7-8 ਥਾਵਾਂ 'ਤੇ ਵਿਕੀ ਹੈ, ਮੈਨੂੰ ਹੁਣ ਕਹਿਣ ਡੇ ਨੇ ਉਹ ਸਾਡਾ ਬੜਾ ਤਲਕ ਵਾਲਾ ਸੀ ਸ਼ੋਰੂਮ ਵਾਲਾ ਡੋਗਾ ਸਾਹਿਬ ਜਿਹਦੇ ਕੋਲ ਲਈ ਸੀ, ਉਹ ਮੈਂ ਕਿਹਾ ਉਹ ਤੁਹਾਡਾ ਤਲਕ ਵਾਲਾ ਨਹੀਂ ਸੀ, ਉਹ ਤੁਹਾਡਾ ਦੁਸ਼ਮਣ ਸੀ, ਤਲਕ ਵਾਲਾ ਮੈਂ ਹਾਂ ਤੁਹਾਡਾ ਕਿ ਜਿਹਨੇ ਤੁਹਾਨੂੰ ਦੱਸਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਤੁਹਾਡੀ ਗੱਡੀ 'ਚ ਨੁਕਸੇ, ਉਹ ਤੁਹਾਡਾ ਕਹਿੰਦਾ ਤਲਕ ਵਾਲਾ ਸੀ ਵੀ ਜਿਹਦੇ ਕੋਲ ਤੁਸੀਂ ਗੱਡੀ ਲਈ ਹੈ, ਤਲਕ ਹੁੰਦਾ ਤਾਂ ਤੁਹਾਨੂੰ ਦੱਸਦਾ ਚੈੱਕ ਕਰਕੇ, ਉਹਨੇ ਆਪਣੇ ਵਾਸਤੇ ਗੱਡੀ ਲੈਣੀ, ਉਹ ਨਹੀਂ ਚੈੱਕ ਕਰ ਸਕਦਾ ਤਾਂ ਤੁਹਾਡੀ ਕਿਸੇ ਨੇ ਕੀ ਚੈੱਕ ਕਰਨੀ ਹੈ, ਉਹ ਇੱਥੇ ਤਾਂ ਡੀਲਰ ਇੰਜ ਦੇ ਨੇ ਕਿ ਆਪਣੀ ਗੱਡੀ ਲੈਣੀ ਹੋਵੇ ਨਾ ਆਪਣੀ ਜੇਬ 'ਚ ਵੀ ਪੈਸੇ ਭਰਨੇ ਹੋ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਕਰਨਾ ਕੀ ਚੈੱਕ, ਉਹਨਾਂ ਨੂੰ ਨਾ ਚੇਸੀਆਂ ਦਾ ਪਤਾ, ਨਾ ਬਿਸਕਿਟਾਂ ਦਾ ਪਤਾ, ਨਾ ਕਾਗਜ਼ਾਂ ਦਾ ਪਤਾ, ਤਾਂ ਬਹਿ ਜਾਂਦੇ ਨੇ ਸ਼ੋਰੂਮ ਬਣਾ ਕੇ, ਡੋਗਰ ਬਣਨ ਪੈਂਦੇ ਨੇ, ਡੋਗਰ ਬਣਨਾ ਬੜਾ ਔਖਾ ਹੈ, ਡੋਗਰ ਇੱਕ ਹੀ ਮਾਂ ਨੇ ਜੰਮਿਆ, ਔਰ ਮੈਂ ਮੇਰੇ ਹੱਥ ਪਾਟੇ ਹੋਏ ਨੇ ਜਗ੍ਹਾ ਜਗ੍ਹਾ ਤੋਂ, ਮੈਂ ਮਿਹਨਤ ਕਰਕੇ ਇਸ ਮੁਕਾਮ 'ਤੇ ਪਹੁੰਚਿਆ, ਨਾ ਮੈਂ ਕੋਈ ਲੈਂਡ ਲਾਰਡ ਸਾਂ, ਅੱਜ ਲੈਂਡ ਲਾਰਡ ਬਣਿਆ ਉਹ ਅੱਲਾਹ ਨੇ ਮੈਨੂੰ ਬਣਾਇਆ, ਅਤੇ ਅੱਲਾਹ ਨੇ ਇੱਜ਼ਤ ਦਿੱਤੀ ਹੈ, ਏਡਾ ਸੌਖਾ ਨਹੀਂ ਹੈਗਾ ਕੰਮ ਜਿੱਡਾ ਤੁਸੀਂ ਲੋਕ ਸਮਝਦੇ ਹੋ, 4 ਦਿਨ ਮੇਰੇ ਨਾਲ ਰਹਿ ਕੇ ਤੇ ਆਖਣਾ ਹੁਣ ਮੈਂ ਡੋਗਰ ਬਣ ਜਾਵਾਂ, ਡੋਗਰ ਬਣਨਾ ਬਹੁਤ ਔਖਾ, ਇੱਥੇ ਬੜੇ ਬੜੇ ਡੋਗਰ ਬਣਨ ਲੱਗੇ ਨੇ ਲੇਕਿਨ ਨਹੀਂ ਬਣ ਸਕੇ, ਡੋਗਰ ਨੂੰ ਡੋਗਰ ਉਹ ਹੀ ਬਣਿਆ ਜਿਹਨੂੰ ਅੱਲਾਹ ਨੇ ਬਣਾਇਆ, ਔਰ ਅੱਲਾਹ ਦੇ ਹੁਕਮ ਦੇ ਨਾਲ ਅਸੀਂ ਗੱਡੀ ਦੇ ਪਿੱਛੋਂ ਵੜਦੇ ਹਾਂ ਅਤੇ ਅੱਗੋਂ ਨਿਕਲਦੇ ਹਾਂ, ਔਰ ਕਾਗਜ਼ਾਂ ਨੂੰ ਵੀ ਪਿੱਛੋਂ ਵੜਦੇ ਅਤੇ ਅੱਗੋਂ ਨਿਕਲਦੇ ਹਾਂ, ਅਤੇ ਨਾ ਕਦੀ ਟਚਕਾਂ ਟੁਚਕਾਂ ਵੇਖੀਆਂ ਨੇ, ਅਸੀਂ ਤਾਂ ਵੇਖਦੇ ਹਾਂ ਗੱਡੀ ਦੀ ਚੇਸੀ ਜਿਹੜੀ ਮੇਨ ਚੀਜ਼ ਹੈ, ਜਿਹਦੇ ਤੋਂ ਜਿਹੜੀ ਜਾਨ ਹੈ ਗੱਡੀ ਦੀ ਉਹ ਤੁਹਾਨੂੰ ਪਤਾ ਹੀ ਨਹੀਂ, ਨਾ ਤੁਹਾਨੂੰ ਮੈਂ ਟੈਂਪਰ ਗੱਡੀ ਦੇ ਦਿਆਂ ਤੁਹਾਨੂੰ ਪਤਾ ਨਹੀਂ ਲੱਗਣਾ ਟੈਂਪਰ ਗੱਡੀ, ਤੁਹਾਨੂੰ ਕੱਟ ਐਂਡ ਵੈਲਡ ਦੇ ਛੱਡਾਂ ਤੁਹਾਨੂੰ ਪਤਾ ਹੀ ਲੱਗਣਾ ਕੱਟ ਐਂਡ ਵੈਲਡ, ਕਿਉਂਕਿ ਤੁਸੀਂ ਲੋਕਾਂ ਨੇ 2 ਨੰਬਰ ਕਦੀ ਗੱਡੀ ਵੇਖੀ ਹੀ ਨਹੀਂ ਕਿ 2 ਨੰਬਰ ਹੁੰਦੀ ਕੀ ਹੈ, ਉਹ 2 ਨੰਬਰ ਵੇਖੋਗੇ ਤਾਂ 1 ਨੰਬਰ ਦਾ ਅਤੇ 2 ਨੰਬਰ ਦਾ ਤੁਹਾਨੂੰ ਪਤਾ ਲੱਗੇਗਾ, ਜਦੋਂ 2 ਨੰਬਰ ਕੀ ਤੁਸੀਂ ਵੇਖਣੀ ਨਹੀਂ ਤਾਂ ਤੁਹਾਨੂੰ ਕਿੱਥੋਂ ਪਤਾ ਲੱਗਣਾ ਵੀ 2 ਨੰਬਰ ਕੀ ਹੈ ਅਤੇ 1 ਨੰਬਰ ਕੀ ਹੈ, ਲਿਹਾਜ਼ਾ ਕੋਸ਼ਿਸ਼ ਕਰੋ ਪਹਿਲੇ ਕੰਮ ਸਿੱਖੋ, ਉੱਥੋਂ ਸਾਡੀ ਗੌਰਮੈਂਟ ਇੰਜ ਦੀ ਹੈ ਕਿ ਮਾਸ਼ਾਅੱਲਾ ਇਹ ਹਰ ਬੰਦਾ ਸ਼ੋਰੂਮ ਬਣਾ ਕੇ ਬਹਿ ਜਾਂਦਾ, ਕੋਈ ਕਿਸੇ ਨੂੰ ਪੁੱਛਣ ਦੱਸਣ ਵਾਲਾ ਨਹੀਂ, ਅਸਲ ਤਰੀਕੇਕਾਰ ਇਹ ਅਗਰ ਸ਼ੋਰੂਮ ਕਿਸੇ ਨੇ ਬਣਾਉਣਾ ਤਾਂ ਪਹਿਲੇ ਰਜਿਸਟਰਡ ਹੋਵੇ ਤਾਰਾ, ਪਹਿਲੇ ਉਹਨੂੰ ਐਕਸਪੀਰੀਅੰਸ ਉਹਨੂੰ ਦਿੱਤਾ ਜਾਏ, ਤਜਰਬਾ ਦਿੱਤਾ ਜਾਏ, ਉਹਨੂੰ ਗੱਡੀ ਦੇ ਕਾਗਜ਼ ਵੇਖਣੇ ਆਉਂਦੇ ਹੋਣ, ਉਹਨੂੰ ਗੱਡੀ ਦੀ ਚੇਸੀ ਵੇਖਣੀ ਆਉਂਦੀ ਹੋਵੇ, ਬਿਸਕਟ ਵੇਖਣਾ ਆਉਂਦਾ ਹੋਵੇ, ਫਿਰ ਉਹਦਾ ਜਨਾਬ ਇੱਕ ਜਿਵੇਂ ਡਰਾਈਵਿੰਗ ਲਾਇਸੈਂਸ ਬਣਦਾ ਇੰਜ ਲਾਇਸੈਂਸ ਬਣਨਾ ਚਾਹੀਦਾ, ਇੱਥੇ ਗੌਰਮੈਂਟ ਹੀ ਸਾਡੀ ਇੰਜ ਦੀ ਦੂਸਰੀ ਗੱਡੀ, ਕੋਈ ਕਿਸੇ ਨੂੰ ਪੁੱਛਣ ਵਾਲੀ ਕੋਈ, ਹਰ ਬੰਦਾ ਆਪਣਾ ਦਾਅ ਲਾਇਆ, ਹਰ ਬੰਦੇ ਨੇ ਸਾਡਾ ਤਰੀਕੇਕਾਰ ਬੜਾ ਗਲਤ ਹੈ, ਬਾਹਰਲੇ ਮੁਲਕਾਂ 'ਚ ਸਿਸਟਮ ਨਹੀਂ ਹੈਗਾ, ਬਾਹਰਲੇ ਮੁਲਕਾਂ 'ਚ ਜਿਹੜਾ ਬੰਦਾ ਸ਼ੋਰੂਮ ਬਣਾਉਂਦਾ ਉਹਨੂੰ ਬਕਾਇਦਾ ਪਹਿਲੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਫਿਰ ਜਾ ਕੇ ਸ਼ੋਰੂਮ ਬਣਾਉਂਦਾ, ਇੱਥੇ ਜਿਹਦੇ ਉਦੋਂ ਲੈਂਦੇ ਨਹੀਂ ਸ਼ੋਰੂਮ 50,000 ਰੁਪਈਆ 1,00,000 ਰੁਪਈਆ ਰੈਂਟ 'ਤੇ ਅਤੇ ਸੋਹਣਾ ਦਫ਼ਤਰ ਬਣਾ ਕੇ ਬਹਿੰਦੇ ਨਹੀਂ, ਚੰਗੀ ਕੁਰਸੀ ਲਿਆ ਕੇ ਬਹਿੰਦੇ ਨਹੀਂ, ਅਤੇ ਜਨਾਬ ਅੱਗੇ ਸਟੇਵਾਂ ਸਟੂਵਾਂ ਰੱਖ ਕੇ ਅਤੇ ਚੌਧਰੀ ਬਣ ਕੇ ਮੈਂ ਜੀ ਫਲਾਣਾ ਚੌਧਰੀ, ਘਰ ਭਾਵੇਂ ਟੁੱਕਰ ਨਾਲ ਆਪਦਾ ਹੋਵੇ ਦੂਜੀ ਵਾਰੀ ਮੈਂ ਫਲਾਣਾ ਚੌਧਰੀ, ਗੱਲਾਂ ਨਾਲ ਚੌਧਰੀ ਨਹੀਂ ਬਣ ਜਾਂਦਾ ਬੰਦਾ, ਗੁਣ ਹੁਣ ਅਗਰ ਪਹਿਲੇ ਆਪਣੇ ਆਪ ਗੁਣ ਪੈਦਾ ਕਰੋ ਫਿਰ ਚੌਧਰੀ ਅਖਵਾਓ, ਇਹ ਆਪਣੇ ਆਪਣੇ ਆਪ ਬੰਦਾ ਐਵੇਂ ਚੌਧਰੀ ਬਣਿਆ ਪਏ, ਕੋਈ ਕਵੇ ਚੱਲ ਚੌਧਰੀ ਬਣ ਜਾ, ਕੋਈ ਕਵੇ ਤੇ ਉਹ ਚੌਧਰ ਹੁੰਦੀ ਹੈ ਕਿ ਹੋਇਆ ਵੀ ਮੈਂ ਫਲਾਣਾ ਚੌਧਰੀ, ਮੈਂ ਤੇ ਅੱਲਾ ਦੇ ਹੁਕਮ ਨਾਲ ਮਲੰਗ ਜਿਹਾ ਆਦਮੀ ਆ, ਥੱਲੇ ਉੱਤੇ ਆਇਆ ਮਿਹਨਤ ਕਰਕੇ ਆਇਆ, ਨਾ ਆਪਾਂ ਚੌਧਰੀ ਆ ਤੇ ਨਾ ਆਪਾਂ ਨੂੰ ਚੌਧਰੀ ਬਣਨ ਦਾ ਸ਼ੌਂਕ ਹੈ, ਆਪਾਂ ਤਾਂ ਮਜ਼ਦੂਰ ਬੰਦੇ ਆ, ਅੱਜ ਵੀ ਗੱਡੀਆਂ ਆਪਣੀਆਂ ਆਪ ਹੀ ਧੋਣ ਲੱਗ ਪਈਦਾ, ਆਪਾਂ ਨੂੰ ਕੋਈ ਨੀ ਇਸ ਗੱਲ ਨਾਲ ਨਾ ਕਦੀ ਸ਼ਰਮ ਮਹਿਸੂਸ ਕੀਤੀ ਹੈ, ਅਤੇ ਨਾ ਆਪਾਂ ਐਡੇ ਕੋਲ ਚੌਧਰੀ ਆ, ਅਤੇ ਨਾ ਆਪਾਂ ਨੂੰ ਕੋਈ ਬਣਨ ਦਾ ਸ਼ੌਂਕ ਹੈ, ਜੋ ਵੀ ਆਪਾਂ
ਮਜ਼ਦੂਰ ਆਦਮੀ ਤੇ ਭਰਾਵਾਂ ਦੀ ਖਿਦਮਤ ਕਰਨੇ ਪਏ ਔਰ ਕਰਦੇ ਰਹਾਂਗੇ ਜਿੰਨੀ ਤੱਕ ਜ਼ਿੰਦਗੀ। ਇਸੇ ਤੋਂ ਅੱਲਾ ਨੇ ਅੱਜ ਮੌਜਾਂ ਲਾਈਆਂ ਤੇ ਰੌਣਕਾਂ ਲਾਈਆਂ ਨੇ, ਜੰਗਲ 'ਚ ਮੰਗਲ ਲਾਏ ਨੇ। ਮੈਂ ਜਿਹੜੀ ਜਗ੍ਹਾ ਤੋਂ ਛੱਡ ਗਿਆ ਉੱਥੇ ਮੰਗਲ 'ਚ ਜੰਗਲ ਹੀ ਲੱਗਣ ਡਿਆ, ਇੱਥੇ ਜੰਗਲ 'ਚ ਮੰਗਲ ਲਾ ਦਿੱਤਾ ਡੋਕਰ ਨੇ। ਇਹ ਉਹ ਰੋਡ ਹੈ ਜਿੱਥੋਂ ਇੱਕ ਬੰਦਾ ਨਹੀਂ ਲੰਘਦਾ ਸਾਰੀ ਦਿਹਾੜੀ, ਉਹ ਰੋਡ ਸੀ ਜਿੱਥੋਂ ਲੰਘਣ ਲੱਗਿਆ 5 ਮਿੰਟ ਲੱਗਦੇ ਸੀ, ਅਤੇ ਅੱਜ ਵੇਖੋ ਉੱਥੇ ਜਾ ਕੇ ਹਾਲਾਤ ਕੁੱਤੇ ਭੌਂਕਣ ਡਏ। ਅੱਜ ਇੱਥੇ ਅੱਲਾ ਨੇ ਰੌਣਕਾਂ ਲਾਈਆਂ ਨੇ। ਵਾਪਸ ਦਿਓ ਗੱਡੀ, ਉਹਦੇ ਕੋਲ ਪੈਸੇ ਲਵੋ, ਉਹਨੂੰ ਕਹੋ ਭਾਈ ਤੇ ਪੀਏ ਸੁੱਟ ਮਾਮਾ ਤੇਰੀ ਗੱਡੀ ਤੇ ਆ ਭਾਈ ਯਾਰ, ਤੂੰ ਸਾਨੂੰ ਕਿਉਂ ਵੇਚੀ ਗੱਡੀ, ਉਹਨੇ ਜਿੱਥੋਂ ਲਈ ਉਹਨਾਂ ਨੂੰ ਦੇਵੇ। ਹੁਣ ਤੁਹਾਨੂੰ ਉਹਨੇ ਪਤਾ ਕੀ ਕਹਿਣਾ, ਹੁਣ ਪਿਛਲਿਆਂ ਨਾਲ ਗੱਲ ਕਰਨੇ ਆ, ਹੁਣ ਜਿਹਦੇ ਕੋਲ ਮੈਂ ਲਈ ਉਹਦੇ ਨਾਲ ਗੱਲ ਕਰਨਾ। ਇਹ ਹੈ ਗੱਲ ਗੱਲ ਲੈਣ 'ਚ ਬਣਦੀ ਹੈ ਕਿ ਅਗਰ ਤੁਹਾਡੀ ਉਹਦੇ ਕੋਲ ਗੱਡੀ ਖਰੀਦੀ ਹੈ ਤਾਂ ਤੁਹਾਨੂੰ ਰੁਪਈਏ ਪੂਰੇ ਦੇਵੇ, ਉਹ ਅਗਲਿਆਂ ਨਾਲ ਗੱਲ ਕਰਿਆ ਜਾਂ ਨਾ। ਹੁਣ ਤੁਹਾਨੂੰ ਬੜੀਆਂ ਕਹਾਣੀਆਂ ਸੁਣਾਏਗਾ, ਮੈਂ ਤਾਂ 10,000 ਲਿਆ ਸੀ, ਮੈਂ 5,000 ਲਿਆ ਸੀ, ਮੈਂ ਉਹ ਲਿਆ ਸੀ, ਉਹ ਇੱਕ ਵਾਰੀ ਪੰਚਾਇਤ ਹੋ ਗਈ ਤਾਂ ਉਹਨੇ ਆਖਿਆ, ਉਹ ਡੀਲਰ ਸੀ ਮਾੜਾ ਜਿਹਾ ਮਿਸਤਰੀ ਸੀ, ਮਿਸਤਰੀ ਨੇ ਗੱਡੀ ਵੇਚ ਦਿੱਤੀ ਅਤੇ ਉਹਨੇ ਆਖਿਆ ਜੀ ਗੱਡੀ ਪੈ ਨਿਕਲਾਈ ਟੈਂਪਰ, ਅਤੇ ਉਹਨੇ ਆਖਿਆ ਜੀ ਮੈਂ ਤਾਂ ਭਾਅ ਜੀ 5,000 ਰੁਪਈਆ ਲਿਆ ਸੀ, ਅਤੇ ਉਹ SHO ਕਹਿੰਦਾ ਪੁੱਤਰ ਤੂੰ 50 ਲੈਣਾ ਸੀ ਨਾ ਉਦੋਂ, ਤੂੰ 5 ਨਹੀਂ ਸੀ ਨਾ ਲੈਣਾ। ਵੀ ਮਾਮਾ ਹੁਣ ਇਹਦੇ ਘਰ ਦੇ ਉਹ ਜਿਹੜਾ ਇਹਦਾ ਘਰ ਹੈ ਨਾ ਉਹਦੀਆਂ ਚਾਬੀਆਂ ਲਿਆ ਦੇ, ਇਹਨੂੰ ਲਿਖ ਕੇ ਦੇ ਨਾ, ਅਤੇ ਆ ਗੱਡੀ ਆਪਣੇ ਖਾਤੇ ਪਾ ਤਾਂ ਫਿਰ ਵੇਖਾਂਗੇ ਤੇਰੇ ਨਾਲ ਕੀ ਕਰਦਾ। ਤਰੀਕੇਕਾਰ ਇਹ ਆ ਜਿਹੜੇ ਮਿਸਤਰੀ ਅਤੇ ਡੀਲਰ ਅਤੇ ਹਰ ਬੰਦਾ ਮਿਸਤਰੀ ਵੀ ਬਣੇ ਨੇ, ਡੀਲਰ ਅਤੇ ਡੈਂਟਰ ਵੀ ਡੀਲਰ ਬਣੇ ਨੇ, ਅਤੇ ਡਰਾਈਵਰ ਵੀ ਡੀਲਰ ਬਣੇ ਨੇ, ਉਹ ਇੱਥੇ ਉਬਰ ਕਰੀਮ ਚਲਾਉਣ ਵਾਲੇ ਵੀ ਡੀਲਰ ਬਣੇ ਨੇ। ਗੱਡੀ ਸਹੀ ਤਰ੍ਹਾਂ ਚਲਾਉਣੀ ਹੈ ਆਉਂਦੀ ਤਾਂ ਬਣ ਡੀਲਰ ਜਾਂਦੇ ਨੇ, ਡੀਲਰ ਬਣਨਾ ਬਹੁਤ ਔਖਾ, ਪਹਿਲੇ ਪੂਰੇ ਡੀਲਰ ਬਣੋ। ਡੀਲਰ ਦੇ ਸਿਰ 'ਤੇ ਲੋਕ ਲੱਖਾਂ ਰੁਪਇਆ ਲਾਉਂਦੇ ਨੇ, ਔਰ ਜੇ ਡੀਲਰ ਹੀ ਪੂਰਾ ਨਾ ਹੋਵੇ ਤਾਂ ਉਹੋ ਜਿਹੇ ਲਾਉਣ ਵਾਲੇ ਹੁੰਦੇ ਨੇ ਅਤੇ ਉਹੋ ਜਿਹੇ ਲਵਾਉਣ ਵਾਲੇ ਹੁੰਦੇ ਨੇ। ਪਹਿਲੇ ਉਹਨੂੰ ਚੈੱਕ ਕਰਿਆ ਕਰੋ, ਉਹਨੂੰ ਪੂਰਾ ਤਸੱਲੀ ਕਰਿਆ ਕਰੋ ਕਿ ਇਹ ਬੰਦੇ ਦੀ ਵਰਥ ਕੀ ਹੈ, ਫਿਰ ਉਹਦੇ ਨਾਲ ਕੰਮ ਕਰਿਆ ਕਰੋ। ਅਤੇ ਏਡਾ ਤਬਾਰ ਨਾ ਕਰਿਆ ਕਰੋ, ਆਪਾਂ ਪਾਕਿਸਤਾਨ 'ਚ ਰਹਿੰਦੇ ਹਾਂ, ਆਪਾਂ ਯੂਰਪ 'ਚ ਨਹੀਂ ਬੈਠੇ, ਇੱਥੇ ਤਬਾਰ ਵਾਲੀ ਗੱਲ ਕੋਈ ਨਹੀਂ ਹੈਗੀ। ਇਹਨਾਂ ਡੀਲਰਾਂ 'ਤੇ ਘੱਟ ਤਬਾਰ ਕਰਿਆ ਤੁਹਾਡੀ।